ਹਾਲ ਹੀ 'ਚ ਗੈਂਗਸਟਰ ਅਤੇ ਅੱਤਵਾਦੀ ਲਖਵੀਰ ਸਿੰਘ ਸੰਧੂ ਉਰਫ ਲਾਂਡਾ ਹਰੀਕੇ ਦੇ ਵੱਲੋਂ ਤਰਨ ਤਾਰਨ ਦੇ ਪਿੰਡ ਗੁਲਾਲੀਪੁਰ 'ਚ ਇੱਕ ਕਤਲ ਨੂੰ ਅੰਜਾਮ ਦਿਵਾਇਆ ਗਿਆ, ਜਿੱਥੇ ਇੱਕ ਸੁਖਪ੍ਰੀਤ ਸਿੰਘ ਸੁੱਖੂ ਨਾਮ ਦੇ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਕਤਲ ਮਗਰੋਂ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਗਈ ਅਤੇ ਇਸ ਪੋਸਟ 'ਚ ਕਤਲ ਦੀ ਜ਼ਿੰਮੇਵਾਰੀ ਲਈ ਗਈ। ਨਾਲ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਅੱਤਵਾਦੀ ਰਿੰਦਾ ਸੰਧੂ ਨੂੰ ਲੈ ਕੇ ਇੱਕ ਪੋਸਟ ਪਾਈ ਗਈ, ਜਿਸ 'ਚ ਇਹਨਾਂ ਤਿੰਨਾਂ ਗੈਂਗਸਟਰਾਂ ਨੂੰ ਲੰਡਾ ਹਰੀਕੇ ਦੇ ਵੱਲੋਂ ਧਮਕੀ ਦਿੱਤੀ ਗਈ। ਲੰਡਾ ਹਰੀਕੇ ਏ ਕੈਟੇਗਰੀ ਦਾ ਗੈਂਗਸਟਰ ਆ ਜਿਸ ਨੂੰ ਅੱਤਵਾਦੀ ਐਲਾਨਿਆ ਜਾ ਚੁੱਕਾ, ਜੋ ਕੈਨੇਡਾ 'ਚ ਰਹਿ ਕੇ ਪੰਜਾਬ 'ਚ ਵਾਰਦਾਤਾਂ ਨੂੰ ਅੰਜਾਮ ਦਿਵਾਉਂਦਾ। ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ 'ਤੇ RPG ਅਟੈਕ ਵੀ ਲੰਡਾ ਹਰੀਕੇ ਦੇ ਵੱਲੋਂ ਕਰਵਾਇਆ ਗਿਆ। ਕਰੀਬ ਸਾਲ 2021 ਤੋਂ ਲੰਡਾ ਹਰੀਕੇ ਮੁੜ ਤੋਂ ਸਰਗਰਮ ਹੋਇਆ ਅਤੇ ਇਸ ਵੀਡੀਓ ਰਾਹੀਂ ਲੰਡਾ ਹਰੀਕੇ ਦੇ ਬਾਰੇ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਵੇਂ ਉਹ ਗੈਂਗਸਟਰ ਬਣਿਆ ਅਤੇ ਫਿਰ ਗੈਂਗਸਟਰ ਤੋਂ ਅੱਤਵਾਦੀ ਐਲਾਨਿਆ ਗਿਆ। ਲੰਡਾ ਹਰੀਕੇ ਦਾ ਪਿਛੋਕੜ ਤਰਨ ਤਾਰਨ ਜ਼ਿਲ੍ਹੇ ਦੇ ਨਾਲ ਜੁੜਿਆ ਹੋਇਆ, ਜਿੱਥੇ ਹਰੀਕੇ ਨਾਮ ਦੇ ਪਿੰਡ 'ਚ ਪਿਤਾ ਸਰਦਾਰ ਨਿਰੰਜਨ ਸਿੰਘ ਦੇ ਘਰ ਉਸਦਾ ਜਨਮ ਹੋਇਆ। ਲੰਡਾ ਹਰੀਕੇ ਦੇ ਮਾਤਾ ਪਿਤਾ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਇਹ ਕਿਹਾ ਗਿਆ ਕਿ ਉਹਨਾਂ ਦਾ ਪੁੱਤ ਸ਼ਰੀਫ ਕਿਸਮ ਦਾ ਨੌਜਵਾਨ ਸੀ, ਪਰ ਚੜ੍ਹਦੀ ਉਮਰੇ ਮਾੜੀ ਸੰਗਤੀ ਅਤੇ ਰਾਜਨੀਤੀ ਦੇ ਲੋਕਲ ਲੀਡਰਾਂ ਨੇ ਉਸਨੂੰ ਮਾੜੇ ਰਾਹ ਦੇ ਵੱਲ ਨੂੰ ਜਾਣ ਦੀ ਹੱਲਾਸ਼ੇਰੀ ਦਿੱਤੀ ਅਤੇ ਉਸਨੂੰ ਗੈਂਗਸਟਰ ਬਣਾ ਦਿੱਤਾ। ਲੰਡਾ ਹਰੀਕੇ ਬੀ ਫਾਰਮੇਸੀ ਦੀ ਪੜ੍ਹਾਈ ਕਰਦਾ ਸੀ। ਅੱਜ ਦੇ ਸਮੇਂ ਉਸ 'ਤੇ 33 ਤੋਂ ਵੱਧ ਗੰਭੀਰ ਮਾਮਲੇ ਦਰਜ ਨੇ, ਜਿਨ੍ਹਾਂ ਦੀ ਸ਼ੁਰੂਆਤ ਸਾਲ 2011 ਦੇ ਜੁਲਾਈ ਮਹੀਨੇ 'ਚ ਹੋਈ। ਪਹਿਲਾ ਪਰਚਾ ਲੰਡਾ ਹਰੀਕੇ 'ਤੇ ਗਲੀ 'ਚ ਇੱਕ ਹੋਈ ਲੜਾਈ ਮਗਰੋਂ ਹੋਇਆ, ਜਿਸ 'ਚ ਉਸ 'ਤੇ ਅਟੈਂਪਟ ਟੂ ਮਰਡਰ ਅਤੇ ਨਜਾਇਜ਼ ਅਸਲ ਰੱਖਣ ਦਾ ਦੋਸ਼ ਲੱਗਾ। ਇਸ ਤੋਂ ਬਾਅਦ ਲੰਡਾ ਹਰੀਕੇ ਦਾ ਜਿਵੇਂ ਜਿਵੇਂ ਸਰਕਲ ਵਧਣ ਲੱਗਾ, ਉਹ ਮਾੜੇ ਰਾਹ 'ਤੇ ਹੋਰ ਅੱਗੇ ਨਿਕਲਦਾ ਰਿਹਾ। ਇੱਕ ਤੋਂ ਬਾਅਦ ਇੱਕ ਕਈ ਪਰਚੇ ਦਰਜ ਹੋਣ ਮਗਰੋਂ ਸਾਲ 2017-18 ਦੇ ਕਰੀਬ ਲਖਵੀਰ ਲੰਡਾ ਕੈਨੇਡਾ ਫਰਾਰ ਹੋ ਗਿਆ। ਕੈਨੇਡਾ 'ਚ ਉਸਦੀ ਪਤਨੀ ਅਤੇ ਕੁਝ ਉਸਦੇ ਰਿਸ਼ਤੇਦਾਰ ਪਹਿਲਾਂ ਤੋਂ ਹੀ ਰਹਿੰਦੇ ਸੀ। ਕੈਨੇਡਾ ਫਰਾਰ ਹੋਣ ਪਿੱਛੇ ਵੀ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਲੰਡਾ ਹਰੀਕੇ ਦੀ ਮੁਲਾਕਾਤ ਹਰਵਿੰਦਰ ਸੰਧੂ ਔਰ ਫਿਰ ਰਿੰਦਾ ਸੰਧੂ ਨਾਲ ਹੁਸ਼ਿਆਰਪੁਰ ਦੀ ਜੇਲ੍ਹ 'ਚ ਹੋਈ, ਜਿਸ ਤੋਂ ਬਾਅਦ ਲੰਡਾ ਹਰੀਕੇ ਦੇ ਵੱਲੋਂ ਗੈਂਗਸਟਰ ਰਿੰਦਾ ਸੰਧੂ ਨੂੰ ਆਪਣੀ ਮੋਟਰ 'ਤੇ ਪਨਾਹ ਦਿੱਤੀ ਗਈ ਅਤੇ ਕਿਹਾ ਜਾਂਦਾ ਹੈ ਕਿ ਇਸ ਦੌਰਾਨ ਜਦੋਂ ਇੱਕ ਪੁਲਿਸ ਪਾਰਟੀ ਦੇ ਵੱਲੋਂ ਲੰਡਾ ਹਰੀਕੇ ਦੀ ਮੋਟਰ 'ਤੇ ਰੇਡ ਕੀਤੀ ਗਈ ਤਾਂ ਰਿੰਦਾ ਸੰਧੂ ਅਤੇ ਉਸਦੇ ਸਾਥੀਆਂ ਨੇ ਪੁਲਿਸ ਪਾਰਟੀ ਨੂੰ ਬੰਦੀ ਬਣਾ ਲਿਆ ਸੀ ਅਤੇ ਉੱਥੇ ਤੋਂ ਉਹ ਫਰਾਰ ਹੋ ਗਏ। ਇਸ ਤੋਂ ਬਾਅਦ ਲੰਡਾ ਹਰੀਕੇ ਨੂੰ ਅਤੇ ਉਸਦੇ ਪਰਿਵਾਰ ਨੂੰ ਟਾਰਗੇਟ ਕੀਤਾ ਜਾਣ ਲੱਗਾ, ਜਿਸ ਤੋਂ ਬਾਅਦ ਲੰਡਾ ਹਰੀਕੇ ਕੈਨੇਡਾ ਫਰਾਰ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਲੰਡਾ ਹਰੀਕੇ ਉੱਪਰ ਉੱਥੇ ਦੇ ਲੋਕਲ ਲੀਡਰਸ ਅਤੇ ਲੋਕਲ ਨਸ਼ਾ ਕਾਰੋਬਾਰੀਆਂ ਦੇ ਵੱਲੋਂ ਨਸ਼ੇ ਦੇ ਕਾਰੋਬਾਰ 'ਚ ਸ਼ਾਮਿਲ ਹੋਣ ਦਾ ਦਬਾਅ ਵੀ ਬਣਾਇਆ ਜਾ ਰਿਹਾ ਸੀ। ਕੈਨੇਡਾ ਫਰਾਰ ਹੋਣ ਤੋਂ ਪਹਿਲਾਂ ਸਾਲ 2016 'ਚ ਉਸ ਉੱਪਰ ਮੋਗਾ 'ਚ ਇੱਕ ਕਿਡਨੈਪਿੰਗ ਦਾ ਕੇਸ ਵੀ ਦਰਜ ਹੋਇਆ ਸੀ। ਕੈਨੇਡਾ ਜਾਣ ਤੋਂ ਬਾਅਦ ਸਾਲ 2017 ਤੋਂ ਲੈ ਕੇ 2020 ਤੱਕ ਲੰਡਾ ਹਰੀਕੇ ਦੇ ਵੱਲੋਂ ਕੋਈ ਵੱਡੀ ਵਾਰਦਾਤ ਸਾਹਮਣੇ ਨਹੀਂ ਆਈ ਸੀ। ਕਿਹਾ ਜਾਂਦਾ ਹੈ ਕਿ ਇਸ ਦੌਰਾਨ ਉਹ ਕੈਨੇਡਾ 'ਚ ਰਹਿ ਕੇ ਖੁਦ ਨੂੰ ਅਤੇ ਆਪਣੇ ਕੰਮ ਨੂੰ ਸੈਟਲ ਕਰਨ ਵਿੱਚ ਲੱਗਾ ਹੋਇਆ ਸੀ। ਲੰਡਾ ਹਰੀਕੇ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਰਾਈਟ ਹੈਂਡ ਸੀ। ਜਦੋਂ ਦਿਲਪ੍ਰੀਤ ਬਾਬਾ ਪੁਲਿਸ ਵੱਲੋਂ ਇੱਕ ਐਨਕਾਊਂਟਰ ਦੇ ਦੌਰਾਨ ਫੜਿਆ ਜਾਂਦਾ ਹੈ ਤਾਂ ਦਿਲਪ੍ਰੀਤ ਬਾਬਾ ਦਾ ਰਾਈਟ ਹੈਂਡ ਲੰਡਾ ਹਰੀਕੇ ਹੀ ਉਸਦੀ ਗੈਂਗ ਨੂੰ ਸੰਭਾਲਦਾ ਹੈ। ਲੰਡਾ ਹਰੀਕੇ ਇਕੱਲਾ ਕੰਮ ਕਰਦਾ ਹੈ ਅਤੇ ਉਸ ਵੱਲੋਂ ਫਿਰੌਤੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਕੁਝ ਹੀ ਮਹੀਨਿਆਂ 'ਚ ਲੰਡਾ ਹਰੀਕੇ ਦਾ ਨਾਮ ਇੱਕ ਏ ਕੈਟੇਗਰੀ ਦੇ ਗੈਂਗਸਟਰ ਦੇ ਤੌਰ 'ਤੇ ਜਾਣਿਆ ਜਾਣ ਲੱਗਦਾ ਹੈ। ਦਿਲਪ੍ਰੀਤ ਬਾਬਾ ਉਹੀ ਗੈਂਗਸਟਰ ਸੀ ਜਿਸ ਨੇ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਈਆਂ ਸੀ। ਸਾਲ 2021 'ਚ ਲੰਡਾ ਹਰੀਕੇ ਫਿਰ ਤੋਂ ਪੰਜਾਬ 'ਚ ਐਕਟਿਵ ਹੁੰਦਾ ਹੈ ਜਦੋਂ ਉਸਦੇ ਵੱਲੋਂ ਪੱਟੀ 'ਚ ਅਕਾਲੀ ਦਲ ਨਾਲ ਜੁੜੇ ਦੋ ਵਰਕਰਾਂ ਦੇ ਕਤਲਕਾਂਡ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਸੇ ਸਾਲ 'ਚ ਇੱਕ ਤੋਂ ਬਾਅਦ ਇੱਕ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਕਤਲ ਕੀਤੇ ਗਏ। ਇੱਥੋਂ ਤੱਕ ਕਿ ਮੋਹਾਲੀ 'ਚ ਇੰਟੈਲੀਜੈਂਸ ਦੇ ਹੈੱਡਕੁਆਰਟਰ ਨੂੰ RPG ਨਾਲ ਨਿਸ਼ਾਨਾ ਬਣਾਇਆ ਗਿਆ। ਅੰਮ੍ਰਿਤਸਰ 'ਚ ਇੱਕ ਸਬ ਇੰਸਪੈਕਟਰ ਦੀ ਕਾਰ 'ਤੇ IED ਲਗਾਉਣ ਦਾ ਦੋਸ਼ ਵੀ ਲੰਡਾ ਹਰੀਕੇ ਦੇ ਨਾਮ 'ਤੇ ਹੈ। ਹਰ ਵਾਰਦਾਤ ਤੋਂ ਬਾਅਦ ਲੰਡਾ ਹਰੀਕੇ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਉਸ ਵੱਲੋਂ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਰਹੀ ਆ। ਇਸੇ ਦੌਰਾਨ ਲੰਡਾ ਹਰੀਕੇ ਦੇ ਵੱਲੋਂ ਪੰਜਾਬੀ ਗਾਇਕ ਪ੍ਰੇਮ ਢਿੱਲੋਂ, ਜੋ ਕਿ ਕੈਨੇਡਾ 'ਚ ਹੀ ਰਹਿੰਦਾ ਹੈ, ਉਸ ਕੋਲੋਂ ਵੀ 10 ਲੱਖ ਦੀ ਫਿਰੌਤੀ ਮੰਗੀ ਜਾਂਦੀ ਹੈ ਅਤੇ ਜਦੋਂ ਪ੍ਰੇਮ ਢਿੱਲੋਂ ਦੇ ਵੱਲੋਂ ਫਿਰੌਤੀ ਨਹੀਂ ਦਿੱਤੀ ਜਾਂਦੀ ਹੈ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ 'ਚ ਪ੍ਰੇਮ ਢਿੱਲੋਂ ਦੇ ਘਰ 'ਤੇ
ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ 'ਚ ਪ੍ਰੇਮ ਢਿੱਲੋਂ ਦਾ ਪਰਿਵਾਰ ਬਹੁਤ ਮੁਸ਼ਕਿਲ ਨਾਲ ਬਚਦਾ। ਪਿਛਲੇ ਕੋਈ 6 ਮਹੀਨਿਆਂ ਤੋਂ ਲੰਡਾ ਹਰੀਕੇ ਐਕਟਿਵ ਨਹੀਂ ਸੀ, ਪਰ ਤਰਨ ਤਾਰਨ ਦੇ ਪਿੰਡ ਗਲਾਲੀਪੁਰ 'ਚ ਕੁਝ ਦਿਨ ਪਹਿਲਾਂ ਕੀਤੇ ਗਏ ਕਤਲ ਤੋਂ ਬਾਅਦ ਲੰਡਾ ਹਰੀਕੇ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਇਸ ਦੀ ਜ਼ਿੰਮੇਵਾਰੀ ਲਈ ਗਈ ਅਤੇ ਇਸ ਦੇ ਨਾਲ ਹੀ ਲੋਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਰਿੰਦਾ ਸੰਧੂ ਨੂੰ ਵੀ ਧਮਕੀ ਦਿੱਤੀ ਗਈ, ਜਿਸ ਤੋਂ ਬਾਅਦ ਪੰਜਾਬ 'ਚ ਕਿਸੇ ਵੱਡੀ ਗੈਂਗਵਾਰ ਹੋਣ ਦਾ ਖਦਸ਼ਾ ਜਤਾਇਆ ਗਿਆ। ਗੈਂਗਸਟਰ ਤੋਂ ਅੱਤਵਾਦੀ ਐਲਾਨੇ ਗਏ ਲੰਡਾ ਹਰੀਕੇ ਦੇ ਨਾਮ 'ਤੇ ਕੁੱਲ ਮਿਲਾ ਕੇ 1,500,000 ਦਾ ਇਨਾਮ ਰੱਖਿਆ ਗਿਆ। ਪੰਜਾਬ ਦੇ ਤਰਨ ਤਾਰਨ ਖੇਤਰ 'ਚ ਸਰਗਰਮ ਲੰਡਾ ਹਰੀਕੇ ਦਾ ਖੌਫ ਇੰਨਾ ਹੈ ਕਿ ਤਰਨ ਤਾਰਨ 'ਚ ਰਹਿਣ ਵਾਲੇ ਕਈ ਲੋਕਾਂ ਨੇ ਲੰਡਾ ਹਰੀਕੇ ਦੇ ਨਾਮ ਤੋਂ ਧਮਕੀਆਂ ਮਿਲਣ ਦਾ ਦਾਅਵਾ ਵੀ ਕੀਤਾ ਹੈ। ਹਾਲਾਂਕਿ ਕਈ ਵਾਰ ਇਹ ਧਮਕੀਆਂ ਲੰਡਾ ਹਰੀਕੇ ਦੇ ਨਾਮ ਵਰਤ ਕੇ ਵੀ ਦਿੱਤੀਆਂ ਜਾਣ ਦੀ ਖਬਰ ਸਾਹਮਣੇ ਆਉਂਦੀ ਰਹੀ ਹੈ। ਸਾਲ 2017-18 'ਚ ਪੰਜਾਬ ਤੋਂ ਕੈਨੇਡਾ ਫਰਾਰ ਹੋਏ ਲੰਡਾ ਹਰੀਕੇ ਦੇ ਬਾਰੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਸਮੇਂ ਉਹ ਕੈਨੇਡਾ ਐਡਮਿੰਟਨ ਅਲਬਰਟਾ 'ਚ ਰਹਿ ਰਿਹਾ ਹੈ ਅਤੇ ਆਪਣੇ ਮੋਡਿਊਲ ਰਾਹੀਂ ਲਗਾਤਾਰ ਪੰਜਾਬ 'ਚ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਲੰਡਾ ਹਰੀਕੇ ਦਾ ਨਾਮ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਅਤੇ ਲੋਰੈਂਸ ਬਿਸ਼ਨੋਈ ਦੇ ਨਾਲ ਵੀ ਜੁੜਿਆ। ਦੋਨਾਂ ਨੂੰ ਸੀਨੀਅਰ ਜਰਨਲਿਸਟ ਰਿਤੇਸ਼ ਲੱਖੀ ਦੇ ਨਾਲ ਇੱਕ ਫੋਨ ਕਾਲ 'ਤੇ ਗੱਲ ਕਰਦਿਆਂ ਵੀ ਸੁਣਿਆ ਗਿਆ ਸੀ, ਪਰ ਹੁਣ ਸਾਹਮਣੇ ਆਈ ਤਾਜ਼ਾ ਪੋਸਟ 'ਚ ਲੋਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਰਿੰਦਾ ਸੰਧੂ ਦੇ ਨਾਲ ਇਹਨਾਂ ਦੀ ਆਪਸੀ ਤਲਖੀ ਦੇਖਣ ਨੂੰ ਮਿਲੀ ਹੈ, ਜਿਸ ਦੇ ਕਾਰਨਾਂ ਦਾ ਸਾਫ਼ ਤੌਰ 'ਤੇ ਕੁਝ ਪਤਾ ਨਹੀਂ ਲੱਗ ਸਕਿਆ। ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਲੰਡਾ ਹਰੀਕੇ ਦੇ ਨਾਲ ਜੁੜੇ ਹਰ ਨਾਮ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਇਸ ਦੌਰਾਨ ਪੁਲਿਸ ਵੱਲੋਂ 70 ਦੇ ਕਰੀਬ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ, ਜਿਨ੍ਹਾਂ ਦਾ ਡਾਇਰੈਕਟ ਜਾਂ ਇਨਡਾਇਰੈਕਟ ਤੌਰ 'ਤੇ ਲੰਡਾ ਹਰੀਕੇ ਦੇ ਨਾਲ ਲਿੰਕ ਸੀ। ਅਤੇ ਇਸ ਇਨਫੋਰਮੇਸ਼ਨ ਗੈਂਗਸਟਰ ਤੋਂ ਅੱਤਵਾਦੀ ਐਲਾਨੇ ਗਏ ਲਖਵੀਰ ਸਿੰਘ ਸੰਧੂ ਉਰਫ ਲੰਡਾ ਹਰੀਕੇ ਦੇ ਬਾਰੇ। ਅਤੇ ਇਸ ਅਪਡੇਟ ਨਾਲ ਲੈਂਦੇ ਹੁਣ ਇਜਾਜ਼ਤ ਅਤੇ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ PMA ਨਿਊਜ਼ ਦੇ ਨਾਲ।